ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਗਤ ਰਵਿਦਾਸ ਜੀ, ਕੱਖਾਂ ਦੀ ਚੰਨ ਤੋਂ ਪੱਕੇ ਮੰਦਰਾਂ ਤੱਕ। ਭਗਵਾਨ ਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਆਪਦੇ ਭਗਤ ਰਵਿਦਾਸ ਦੇ ਕੋਲੋਂ ਚਮੜੇ ਦਾ ਕੰਮ ਛੁਡਾ ਕੇ ਹੀ ਦਮ ਲੈਣਗੇ। ਅਚਰਜ ਖੇਲ ਸੀ, ਭਗਤ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ, ਭਗਵਾਨ ਮਾਇਆ ਬਖਸ਼ੀ ਜਾ ਰਿਹਾ ਸੀ। ਰਵਿਦਾਸ ਨੇ ਛੋਟੀ ਜਿਹੀ ਲੱਕੜ ਦੀ ਚੌਂਕੜੀ ਦੇ ਉੱਤੇ ਦੇਵਤਾ ਅਤੇ ਪੱਥਰ ਦੀ ਮੂਰਤੀ ਰੱਖੀ ਹੋਈ ਸੀ। ਉਸ ਮੂਰਤੀ ਨੂੰ ਸੋਨੇ ਕੱਪੜੇ ਪਾਏ ਹੋਏ ਸੀ, ਹੇਠਾਂ ਆਸਣ ਵਿਛਾਇਆ ਹੋਇਆ ਸੀ। ਰੋਜ਼ਾਨਾ ਜੰਗਲ ਦੇ ਬਾਗ 'ਚੋਂ ਫੁੱਲ ਲਿਆ ਕੇ ਚੜ੍ਹਾਏ ਜਾਂਦੇ, ਦੋਵੇਂ ਵੇਲੇ ਪੂਜਾ ਹੁੰਦੀ। ਰਵਿਦਾਸ ਜੀ ਦਾ ਨਿੱਤ ਕਰਮ ਇਹ ਸੀ ਕਿ ਚੌਖੀ ਰਾਤ ਰਹਿੰਦੀ ਉੱਠ ਕੇ ਛੰਨ ਨੂੰ ਸਾਫ਼ ਕਰਦੇ, ਝਾੜੂ ਪੋਚਾ ਫੇਰ ਕੇ ਦੋਵੇਂ ਜੀ ਇਸ਼ਨਾਨ ਕਰਦੇ। ਇਸ਼ਨਾਨ ਕਰਨ ਪਿੱਛੋਂ ਦੇਵਤੇ ਦੀ ਮੂਰਤੀ ਨੂੰ ਇਸ਼ਨਾਨ ਕਰਵਾਇਆ ਜਾਂਦਾ ਅਤੇ ਆਸਣ ਸਾਫ਼ ਕਰ ਲਿਆ ਜਾਂਦਾ, ਫਿਰ ਪੂਜਾ ਸ਼ੁਰੂ ਕੀਤੀ ਜਾਂਦੀ। ਮੂਰਤੀ ਅੱਗੇ ਬੈਠੇ ਸੂਰਜ ਚੜ੍ਹਾ ਦਿੰਦੇ। ਸਾਰਾ ਦਿਨ ਹੱਥ ਕਾਰ ਵੱਲ ਦੇ ਚਿੱਤ ਭਗਵਾਨ ਦੇ ਵੱਲ ਜੁੜਿਆ ਰਹਿੰਦਾ। ਪਾਰਸ ਵਾਪਸ ਲੈ ਕੇ ਭਗਵਾਨ ਦੇ ਅਲੋਪ ਹੋਣ ਦੇ ਤੀਜੇ ਦਿਨ ਪਿੱਛੋਂ ਰਵਿਦਾਸ ਜੀ ਨੇ ਦੇਵਤਾ ਦੇ ਆਸਣ ਨੂੰ ਝਾੜਿਆ ਅਤੇ ਹੇਠੋਂ 5 ਸੋਨੇ ਦੀਆਂ ਮੋਹਰਾਂ ਨਿਕਲੀਆਂ। ਉਹ ਮੋਹਰਾਂ ਸੋਨੇ ਦੀਆਂ ਸਨ। ਉਹਨਾਂ ਦਾ ਛਨਕਾਰ ਅਤੇ ਲਿਸ਼ਕਾਰ ਮਾਇਆਧਾਰੀ ਦੇ ਦਿਲ ਨੂੰ ਤਾਂ ਖੇੜੇ ਅਤੇ ਮਸਤੀ 'ਚ ਮਗਨ ਕਰ ਦਿੰਦਾ, ਪਰ ਰਵਿਦਾਸ ਜੀ ਆਤਮਾ ਦੇ ਉੱਤੇ ਕੱਖ ਵੀ ਅਸਰ ਨਾ ਕੀਤਾ। ਉਸਨੇ ਠੀਕਰੀਆਂ ਦੀ ਤਰ੍ਹਾਂ ਚੁੱਕੀਆਂ ਅਤੇ ਚੁੱਕ ਇੱਕ ਪਾਸੇ ਰੱਖਤੀਆਂ ਅਤੇ ਆਪ ਪੂਜਾ 'ਚ ਰੁੱਝ ਗਏ। ਇਹ ਕੌਤਕ ਇੱਕ ਦਿਨ ਦਾ ਨਹੀਂ ਸੀ। ਰੋਜ਼ ਸਵੇਰੇ ਜਦੋਂ ਭਗਤ ਜੀ ਦੇਵਤਾ ਆਸਣ ਸਾਫ਼ ਕਰਦੇ ਤਾਂ ਉਹਨਾਂ ਨੂੰ 5 ਮੋਹਰਾਂ ਮਿਲਦੀਆਂ। ਉਹਨਾਂ ਨੂੰ ਚੁੱਕ ਕੇ ਆਲੇ 'ਚ ਰੱਖੀ ਜਾਂਦੇ। ਮੋਹਰਾਂ ਚੌਖੀਆਂ ਇਕੱਠੀਆਂ ਹੋ ਗਈਆਂ, ਭਗਤ ਨੇ ਵਰਤੀਆਂ ਨਹੀਂ, ਸੋਨੇ ਨੂੰ ਮਿੱਟੀ ਦੇ ਬਰਾਬਰ ਹੀ ਜਾਣਿਆ। ਭਗਵਾਨ ਨੇ ਜਦੋਂ ਦੇਖਿਆ ਵੀ ਰਵਿਦਾਸ ਮੋਹਰਾਂ ਨੂੰ ਦੇਖ ਕੇ ਡੋਲ ਹੀ ਨਹੀਂ ਰਿਹਾ ਤਾਂ ਰਾਤ ਨੂੰ ਸੁਪਨੇ 'ਚ ਭਾਖਿਆ ਦਿੱਤੀ, ਹੇ ਰਵਿਦਾਸ ਇਹਨਾਂ ਸੋਨੇ ਦੀਆਂ ਮੂਰਤਾਂ ਨੂੰ ਆਲੇ 'ਚ ਨਾ ਰੱਖ, ਇਹ ਤੇਰੇ ਵਰਤਣ ਵਾਸਤੇ ਹਨ। ਤੇਰਾ ਦੇਵਤਾ ਜਿਸ ਦੀ ਪੂਜਾ ਕਰਦਾ ਹੈ ਤਾਂ ਹੀ ਖੁਸ਼ ਰਹਿ ਸਕਦਾ ਹੈ ਜੋ ਇਹਨਾਂ ਸੋਨੇ ਦੀਆਂ ਮੂਰਤਾਂ ਦੇ ਨਾਲ ਦੇਵਤਾ ਦੇ ਵਾਸਤੇ ਤੂੰ ਮੰਦਰ ਬਣਵਾਵੇਂ, ਮੂਰਤੀ ਵੱਡੀ ਅਤੇ ਸੁੰਦਰ ਰੱਖੇ, ਆਏ ਗਏ ਜਗਿਆਸੂ ਅਤੇ ਸ਼ਰਧਾਲੂਆਂ ਵਾਸਤੇ ਸਰਾਂ ਤਿਆਰ ਕਰੇ। ਜਿੰਨਾ ਚਿਰ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਨਾ ਚਿਰ ਤੈਨੂੰ ਮੋਹਰਾਂ ਮਿਲਦੀਆਂ ਹੀ ਰਹਿਣਗੀਆਂ। ਕੋਈ ਨਾ ਕੋਈ ਨੇਕ ਸ਼ਾਹੂਕਾਰ ਤੇਰੀ ਸਹਾਇਤਾ ਕਰੇਗਾ ਤਾਂ ਕਿ ਇਹ ਚਰਚਾ ਨਾ ਹੋਵੇ ਕਿ ਚਮਾਰ ਰਵਿਦਾਸ ਨੇ ਇੰਨੀ ਮਾਇਆ ਕਿੱਥੋਂ ਹਾਸਿਲ ਕੀਤੀ ਹੈ। ਡਰ ਨਾ, ਹੁਕਮ ਮੰਨਣ 'ਚ ਹੀ ਭਲਾ ਹੈ, ਰਾਮ ਜਨ ਉੱਠ ਦੇਵਤਾ ਦੀ ਸੇਵਾ ਕਰ। ਇਹ ਸੁਪਨਾ ਦੇਖ ਕੇ ਰਵਿਦਾਸ ਤ੍ਰਿਪਕ ਕੇ ਉੱਠ ਬੈਠਾ, ਉਸਦੀ ਨੀਂਦ ਖੁੱਲ੍ਹ ਗਈ। ਰਾਮ ਰਾਮ ਜੀਭਾ ਰਟਣ ਲੱਗੀ, ਆਪਣੀ ਜੀਵਨ ਸਾਥਣ ਨੂੰ ਹਲੂਣਾ ਦੇ ਕੇ ਜਗਾਇਆ, ਸੁਪਨੇ 'ਚ ਸੁਣੇ ਸਾਰੇ ਵਾਕ ਉਸਨੂੰ ਸੁਣਾ ਤੇ। ਉਹ ਗੁਣਵੰਤੀ ਸਿਆਣੀ ਸੀ, ਭਗਵਾਨ ਦੇ ਭੈ ਵਾਲੀ ਸੀ। ਉਸਨੇ ਹੱਥ ਜੋੜ ਕੇ ਸਲਾਹ ਦਿੱਤੀ, ਸਵਾਮੀ ਜਿੱਥੇ ਭਗਵਾਨ ਦੀ ਇੱਛਾ ਹੈ ਸਾਨੂੰ ਉਵੇਂ ਹੀ ਕਰਨਾ ਚਾਹੀਦਾ, ਗੁਰੂ ਜੀ ਨੂੰ ਪੁੱਛ ਲੈਣਾ ਚਾਹੀਦਾ, ਭਗਵਾਨ ਦੀ ਕਿਰਪਾ ਹੈ ਸਵਾਮੀ ਜੀ, ਭਗਵਾਨ ਤੁਠੇ ਹਨ, ਭਗਵਾਨ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ। ਅੱਛਾ, ਜਿਵੇਂ ਮੇਰੇ ਪ੍ਰਭੂ ਦੀ ਇੱਛਾ ਹੈ ਤਿਵੇਂ ਹੀ ਕਰਾਂਗਾ, ਰਵਿਦਾਸ ਜੀ ਨੇ ਉੱਤਰ ਦਿੱਤਾ। ਸਵੇਰ ਹੋਈ, ਇੱਕ ਸੇਠ ਜੀ ਹਾਜ਼ਰ ਹੋਏ। ਉਹਨਾਂ ਮੋਹਰਾਂ ਦੀਆਂ ਥੈਲੀਆਂ ਰਵਿਦਾਸ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਮੱਥਾ ਟੇਕਣ ਪਿੱਛੋਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭੂ, ਆਪ ਦੀ ਕਿਰਪਾ ਦਾ ਨਾਲ ਮੇਰੇ ਗ੍ਰਹਿ ਵਿਖੇ ਬਾਲਕ ਹੋਇਆ ਹੈ, ਮੈਂ ਪੁੱਤਰ ਮੁੱਖ ਦੇਖਣ ਨੂੰ ਮੱਛੀ ਦੀ ਤਰ੍ਹਾਂ ਤੜਫ ਰਿਹਾ ਸੀ, ਆਪ ਦੀ ਸ਼ੋਭਾ ਸੁਣੀ ਸੀ। ਇੱਕ ਦਿਨ ਆਪ ਦੀ ਛੰਨ ਦੇ ਅੱਗਿਓਂ ਦੀ ਲੰਘਦੇ ਹੀ ਮਨ 'ਚ ਮੈਂ ਮੰਨਤਾ ਕਰ ਲਈ ਸੀ ਵੀ ਜੇ ਮੇਰੇ ਘਰ ਪੁੱਤਰ ਹੋਇਆ ਤਾਂ ਇਸ ਭਗਤ ਵਾਸਤੇ ਮੰਦਰ ਬਣਵਾ ਕੇ ਦਿਆਂਗਾ। 10 ਮਹੀਨੇ ਪਿੱਛੋਂ ਮੇਰੀ ਇੱਛਾ ਪੂਰੀ ਹੋਈ ਹੈ, ਗੁਲਾਬ ਦੇ ਫੁੱਲ ਵਰਗਾ ਬਾਲਕ ਮੇਰੇ ਘਰ 'ਚ ਆਇਆ ਹੈ, ਮੈਂ ਇਹ ਧੰਨ ਬੰਨ ਕੇ ਹਾਜ਼ਰ ਹੋਇਆ, ਮੇਰੀ ਮੰਨਤਾਂ ਪੂਰੀ ਕਰਨ ਵਾਸਤੇ ਸੇਵਾ ਬਖਸ਼ੋ, ਆਗਿਆ ਕਰੋ। ਰਾਤ ਦਾ ਸੁਪਨਾ, ਸੇਠ ਦੀ ਬੇਨਤੀ ਸੁਣ ਕੇ ਅਤੇ ਮੋਹਰਾਂ ਦੀਆਂ ਥੈਲੀਆਂ ਵੇਖ ਕੇ ਰਵਿਦਾਸ ਜਵਾਨੋਂ ਕੁਛ ਨਹੀਂ ਬੋਲ ਸਕੇ।
ਆਪਣੇ ਭਗਵਾਨ ਨੂੰ ਚੇਤੇ ਕਰਨ ਲੱਗ ਪਏ, ਉਸਦੇ ਗੁਣ ਗਾਉਣ ਲੱਗੇ। ਭਗਵਾਨ ਦੀ ਉਪਮਾ ਕਰਦਿਆਂ ਹੋਇਆ ਰਵਿਦਾਸ ਨੇ ਸੇਠ ਨੂੰ ਹਾਂ ਕਰ ਦਿੱਤੀ ਅਤੇ ਉਹ ਮਨ ਆਈਆਂ ਕਰ ਲਵੇ। ਸੇਠ ਖੁਸ਼ ਹੋ ਗਿਆ। ਰਵਿਦਾਸ ਦੀ ਛੰਨ ਦੇ ਕੋਲ ਖੁੱਲ੍ਹੀ ਥਾਂ ਪਈ ਸੀ, ਉਸਨੂੰ ਖਰੀਦ ਕੇ ਮੰਦਰ ਬਣਨੇ ਸ਼ੁਰੂ ਹੋ ਗਏ। ਇੱਕ ਦੇਵਤੇ ਦਾ ਮੰਦਰ ਤਿਆਰ ਹੋਇਆ ਅਤੇ ਇੱਕ ਰਵਿਦਾਸ ਜੀ ਅਤੇ ਆਏ ਗਏ ਸਾਧੂਆਂ ਦੇ ਰਿਹਾਇਸ਼ ਵਾਸਤੇ ਸ਼ਾਨਦਾਰ ਮਕਾਨ ਤਿਆਰ ਕੀਤਾ ਗਿਆ। ਸੰਗਮਰਮਰ ਦੀਆਂ ਦੇਵ ਮੂਰਤੀਆਂ ਤਿਆਰ ਕਰਵਾਈਆਂ ਗਈਆਂ, ਵਧੀਆ ਭੂਸ਼ਣ ਪਹਿਨਾਏ ਗਏ। ਜੋ ਦੇਵ ਮੂਰਤੀ ਦੇ ਦਰਸ਼ਨ ਕਰਦਾ ਉਹੀ ਵਾਹ ਵਾਹ ਆਖਦਾ। ਰਵਿਦਾਸ ਦੀ ਇਸਤਰੀ ਖੁਸ਼ੀ ਅਤੇ ਹੈਰਾਨੀ ਦੇ ਵਿੱਚ ਮਗਨ ਰਹਿੰਦੀ ਸੀ, ਉਹ ਵੀ ਰਾਮ ਸਿਮਰਨ ਕਰਨ ਲੱਗੀ। ਉਸਦਾ ਜੀਵਨ ਪਲਟ ਗਿਆ। ਰਵਿਦਾਸ ਦੇ ਮਾਂ ਬਾਪ ਖੁਸ਼ ਸੀ ਕਿ ਉੱਚੀ ਕੁਲ ਦੇ ਬ੍ਰਾਹਮਣ ਵਾਂਗ ਉਹਨਾਂ ਦੇ ਬੇਟੇ ਦਾ ਕਿੰਨਾ ਸਤਿਕਾਰ ਹੋ ਰਿਹਾ। ਸਾਰੀ ਕਾਂਸ਼ੀ 'ਚ ਭਗਤ ਰਵਿਦਾਸ ਜੀ ਦੀ ਚਰਚਾ ਸ਼ੁਰੂ ਹੋ ਗਈ, ਪਰ ਭੋਲੇ ਪੁਰਸ਼ ਇਹ ਨਹੀਂ ਸੀ ਸੋਚਦੇ ਇਹ ਰਵਿਦਾਸ ਚਮਾਰ ਦੀ ਚਰਚਾ ਨਹੀਂ, ਇਹ ਤਾਂ ਹਰੀ ਨਾਮ ਦੀ ਚਰਚਾ ਹੈ। ਰਵਿਦਾਸ ਵਰਗੇ ਹੋਰ ਵੀ ਤਾਂ ਚਮਾਰ ਜੀਵ ਰਹਿੰਦੇ ਹਨ, ਉਹਨਾਂ ਦੀ ਸੋਭਾ ਤਾਂ ਕੋਈ ਨਹੀਂ ਸੀ ਕਰਦਾ। ਸਭ ਪਰਮਾਤਮਾ ਦੇ ਨਾਮ ਦੀ ਮਹਿਮਾ ਹੈ। ਜੋ ਤਨੋ ਮਨੋ ਪਰਮਾਤਮਾ ਦਾ ਹੋ ਜਾਂਦਾ ਹੈ, ਪਰਮਾਤਮਾ ਉਸਦਾ ਹੋ ਜਾਂਦਾ ਹੈ। ਜਦੋਂ ਕਿਸੇ ਦਾ ਪਰਮਾਤਮਾ ਹੋ ਜਾਵੇ ਫਿਰ ਉਸਦੀ ਉਪਮਾ ਹੋਣੀ ਸ਼ੁਰੂ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।